ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਕੀ ਹਾਲ ਚਾਲ ਹੈ? ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਅਤੇ ਖੇਤ ਆਏ ਅੱਜ ਸਪਰੇ ਕਰਨ ਵਾਸਤੇ। ਜਿਹੜਾ ਮੀਂਹ ਕਣੀਆਂ ਆ ਗਈਆਂ, ਹੁਣ ਹਨੇਰੀ ਬਹੁਤ ਚੱਲੀ ਜਾਂਦੀ, ਅੱਜ ਹਵਾ ਚੱਲੀ ਜਾਂਦੀ ਹੈ, ਅਤੇ ਉੱਧਰੋਂ ਕਣੀਆਂ ਵੀ ਡਿੱਗਣ ਲੱਗ ਗਈਆਂ। ਅਤੇ ਡਰੰਮ ਭਰ ਲਿਆ ਸੀ ਖੇਤ, ਅਤੇ ਹੁਣ ਸਪਰੇ ਕਰਦੇ ਹਾਂ, ਦੇਖਦੇ ਹਾਂ ਦੂਸਰਾ ਵੀ ਜਿਹੜਾ ਡਰੰਮ ਭਰਿਆ ਇਹ ਤਾਂ ਕਰਕੇ, ਬਾਕੀ ਫਿਰ ਵੇਖਾਂਗੇ। ਜੇ ਮੀਂਹ ਮੂੰਹ ਨਾ ਆਇਆ ਫਿਰ ਹੋਰ ਕਰ ਦਾਂਗੇ, ਨਹੀਂ ਤਾਂ ਫਿਰ ਰਹਿਣ ਦਾਂਗੇ। ਆਹ ਦੇਖੋ ਕਣੀਆਂ ਡਿੱਗੀ ਜਾਂਦੀਆਂ, ਅਤੇ ਇੱਧਰ ਨਰਮਾ ਹਵਾ ਦੇਖੋ, ਅੱਜ ਬਹੁਤ ਤੇਜ਼ ਹਵਾ, ਸਾਰਾ ਮੌਸਮ ਖਰਾਬ ਹੋਇਆ ਖੜਾ, ਸਾਰੇ ਬੱਦਲਬਾਈ ਹੋਈ ਖੜੀ ਪੂਰੀ। ਅਤੇ ਸਪਰੇ ਕਰਨ ਆਏ ਸੀਗੇ ਅੱਜ, ਅਤੇ ਸੁਬਹਾ ਤਾਂ ਵਧੀਆ ਧੁੱਪ ਜੀ ਲੱਗੀ ਸੀਗੀ, ਥੋੜ੍ਹਾ ਜਿਹਾ ਲੇਟ ਹੋ ਗਏ ਅਸੀਂ, ਅਤੇ ਇਸ ਕਰਕੇ ਦੂਸਰਾ ਕਰਦੇ ਹਾਂ ਸਟਾਰਟ ਕੰਮ। ਅਤੇ ਮਾੜਾ ਵਿੱਚ ਨਹੀਂ ਮਾਰਨੇ ਕੰਨ, ਲੋੜ ਹੀ ਨਹੀਂ, ਲੋੜ ਹੀ ਨਹੀਂ, ਲੈਫਟ ਤਾਂ ਚੱਕਾਂ। ਤਾਂ ਹੀ ਖੜ੍ਹ ਜਾ, ਸਹੀ ਗੱਲ ਹੈ। ਕਚਰਾ ਲੱਗ ਗਿਆ, ਨਿਕਲ ਗਿਆ, ਨਹੀਂ ਤਾਂ ਖੋਲ ਲਾ ਮੂਹਰੋਂ। ਕੁੱਤੀ ਨਾਲ ਆ ਗਈ ਇਹਨੂੰ ਯਾਰ, ਭੈਣ ਨੇ ਬੰਨਣਾ ਸੀ ਪਾਸੇ, ਆ ਇਹਨੂੰ ਬੰਨ ਦੇਣਾ ਸੀ ਪਾਸੇ। ਦੇਖਾਂ ਚਲਾ ਕੇ, ਜਾਊਗੀ ਉੱਥੇ ਤੱਕ ਜਾਵੜੂਗੀ, ਐਂ ਕਰਕੇ ਜਾਵੜੂਗੀ, ਹਾਂ ਜਾਵੜੂਗੀ, ਹੈ ਚੱਲ ਜਾਵੜੂਗੀ, ਇਹ ਬਹੁਤ ਹੈ। ਰੇਲਾ ਬਹੁਤ ਬਈ ਨਰਮੇ 'ਤੇ, ਇਸ ਕਰਕੇ ਬਹੁਤ ਜ਼ਰੂਰੀ ਸੀ, ਥਾਂ ਬਹੁਤ ਗਿੱਲਾ ਪਿਆ ਹਜੇ, ਅਤੇ ਤੁਸੀਂ ਦੇਖ ਸਕਦੇ ਨਰਮੇ ਦੇ ਪੱਤੇ ਇਕੱਠੇ ਹੋਈ ਜਾਂਦੇ ਆ, ਬਹੁਤ ਜ਼ਿਆਦਾ ਮੱਛਰ ਰੇਲਾ। ਪਹਿਲੀ ਸਪਰੇ ਆ ਹਾਂ, ਅਤੇ ਸਪਰੇਆਂ ਦਾ ਕੰਮ ਚੱਲ ਪਿਆ, ਪਹਿਲੀ ਸਪਰੇ ਅੱਜ ਕਰਤੀ ਹੈਗੀ ਆ, ਅਤੇ ਹੌਲੀ ਹੌਲੀ ਹੁਣ ਅੱਗੇ ਸਪਰੇਆਂ ਹੀ ਹੋਣੀਆਂ ਸਾਰੀਆਂ। ਨਰਮਾ ਵੀ ਨਾਲ ਵੈਸੇ ਤਾਂ ਵਧੀਆ ਬਣ ਗਿਆ, ਕੱਦ ਵੀ ਚੰਗਾ ਕਰ ਗਿਆ ਨਰਮਾ, ਅਸੀਂ ਤਾਂ ਹਰ ਸਾਲ ਵਿੱਚ ਵੜ ਕੇ ਨਰਮੇ ਸਪਰੇ ਕਰਦੇ ਹਾਂ, ਅਸੀਂ ਕਦੇ ਨਹੀਂ ਕੀਤੀ ਜੀ ਦੂਜਾ ਇਹਦੇ ਵਾਲੀ ਬਈ। ਬਾਹਰ ਪੈਪ ਵਾਲਾ ਬਹੁਤ ਕੰਜਰਖਾਨਾ ਹੋ ਜਾਂਦਾ,
ਜੇ ਹਵਾ ਇਹਨੂੰ ਹੈ ਤੇ ਇਧਰੋਂ ਫਿਰ ਸਪਰੇ ਪੈਣੀ ਨਹੀਂ ਹੁਣ ਉਧਰੋਂ ਦੁਬਾਰੇ ਫਿਰ ਲਿਆਵਾਂਗੇ ਚਲਾ ਕੇ ਇਧਰੋਂ ਬੰਦ ਕਰਤਾ ਡਰੰਮ ਹੁਣ ਤੇ ਉਧਰੋਂ ਫਿਰ ਚਲਾ ਕੇ ਲਿਆਵਾਂਗੇ ਨਹੀਂ ਤਾਂ ਇਧਰਲੀ ਹਵਾ ਹੈ ਤੇ ਸਪਰੇ ਪੈਣੀ ਨਹੀਂ ਫਿਰ ਇੱਥੋਂ ਤੱਕ ਵਧੀਆ ਆਈ ਜਾਂਦੀ ਆ ਦੇਖੋ ਕੁਝਾਂ ਤੱਕ ਸਾਰੀ ਸਪਰੇ ਹੋਈ ਜਾਂਦੀ ਵਧੀਆ ਕੋਈ ਘੰਟਾ ਦੋ ਘੰਟੇ ਮੀਂਹ ਨਾ ਪਿਆ ਤਾਂ ਇੰਨਾ ਫਿਰ ਤਾਂ ਵਧੀਆ ਇਹਦੇ 'ਤੇ ਅਸਰ ਹੋ ਜੂਗਾ ਬੱਦਲ ਉੱਤੋਂ ਪੂਰੇ ਬਣੇ ਖੜ੍ਹੇ ਹੈਗੇ ਆ ਹੁਣ ਤਾਂ ਤਿੰਨ ਘੰਟੇ ਮੀਂਹ ਨਾ ਹੀ ਆਵੇ ਤਾਂ ਫੇਰ ਗੱਲ ਆ ਜੇ ਮੀਂਹ ਆ ਗਿਆ ਫਿਰ ਕੋਈ ਅਸਰ ਨਹੀਂ ਕਰਨਾ ਇਹਨੇ ਬੱਦਲ ਤੁਸੀਂ ਦੇਖ ਸਕਦੇ ਹਾਂ ਉੱਤੇ ਕਿਵੇਂ ਬਣੇ ਆ ਥੱਲੇ ਹੀ ਆਏ ਖੜ੍ਹੇ ਬੱਦਲ ਬਹੁਤ ਜ਼ਿਆਦਾ ਬੱਦਲ ਬਣੇ ਖੜ੍ਹੇ ਆ ਲਓ ਵੀ ਚੱਲਦੇ ਕੰਮ ਦੇ ਵਿੱਚ ਵਿਘਨ ਪੈ ਗਿਆ ਅਤੇ ਕ੍ਰੋਸ ਨਿਕਲ ਗਿਆ ਰਾਵਟ ਦਾ ਪੈਂਦਾ ਨਹੀਂ ਆ ਅਤੇ ਫਿਰ ਤਾਂ ਹੁਣ ਜੇ ਪੈ ਗਿਆ ਤਾਂ ਠੀਕ ਹੈ ਨਹੀਂ ਤਾਂ ਮਿਸਤਰੀ ਕੋਲ ਜਾਣਾ ਪਊਗਾ ਫਿਰ ਇਧਰਲੀ ਸਾਈਡ ਵਾਲਾ ਕ੍ਰੋਸ ਬਾ ਲਾਸਟ ਗੇੜਾ ਹੀ ਰਹਿ ਗਿਆ ਸੀਗਾ ਇੱਥੋਂ ਤੱਕ ਤਾਂ ਆ ਗਿਆ ਸੀ ਇੰਨਾ ਕੀ ਥਾਂ ਰਹਿ ਗਿਆ ਸੀਗਾ ਥੋੜ੍ਹਾ ਜਿਹਾ ਥਾਂ ਰਹਿ ਗਿਆ ਸੀ ਬਾਕੀ ਕਣੀਆਂ ਆਈਆਂ ਸੀ ਮਾੜੀਆਂ ਆਈਆਂ ਠੱਲੀ ਰੱਖਿਆ ਵਾ ਉਹ ਟਾਈਮ ਫਿਰ ਹੁਣ ਦੁਬਾਰੇ ਦੂਸਰਾ ਲੱਗੇ ਸਪਰੇ ਕਰਨਾ ਥੋੜ੍ਹਾ ਜਿਹਾ ਥਾਂ ਰਹਿੰਦਾ ਸੀਗਾ ਤਿੰਨ ਕਿੱਲਿਆਂ 'ਚੋਂ 3.5 ਕਿੱਲਿਆਂ 'ਚੋਂ ਥੋੜ੍ਹਾ ਜਿਹਾ ਥਾਂ ਰਹਿ ਗਿਆ ਸੀਗਾ ਅਤੇ ਬਾਕੀ ਉਹ ਲੈਣ ਪਈ ਸੀ ਅੱਜ ਸਪਰੇ ਕਰਨ ਵਾਲੀ ਅਤੇ ਪਤਾ ਨਹੀਂ ਕੀ ਚੱਕਰ ਬਣਿਆ ਮਾੜੇ ਨਾਲ ਹੀ ਬਸ ਨਿਕਲ ਗਿਆ ਨਹੀਂ ਪੈਣਾ ਇਹ ਉਤਲਾ ਦੇਖਦਾ ਜਗਾੜ ਜੇ ਉਹ ਟੁੱਟ ਗਿਆ ਨਾ ਉਦੋਂ ਕੰਮ ਵੱਧ ਜੂਗਾ ਨਾਲੇ ਡਰੰਮ ਭਰ ਲਿਆਵਾਂਗੇ ਯਾਰ ਬਿੰਦਰ ਕੋਲ ਲੈ ਚੱਲਦੇ ਹਾਂ ਉੱਥੇ ਪਿੰਡ ਚੱਲਦੇ ਹਾਂ ਹੁਣ ਮਿਸਤਰੀ ਕੋਲੇ ਨਾਲੇ ਡਰੰਮ ਭਰ ਲਿਆਵਾਂਗੇ ਉੱਥੋਂ ਘਰੋਂ ਨਾਲੇ ਚਾਹ ਪਾਣੀ ਪੀ ਆਵਾਂਗੇ ਨਾਲੇ ਦੂਸਰਾ ਵੀ ਇਹਨੂੰ ਪਵਾ ਲਿਆਵਾਂਗੇ ਇਹਦੇ ਜੀ ਪਾਲਾ ਸ਼ਾਫਟ ਦੇਖਦੇ ਹਾਂ ਜੇ ਹੋਰ ਕਿਸੇ ਜੇ ਨਾ ਚੱਲਿਆ ਸ਼ਾਫਟ ਲੈ ਲਾਂ ਕਿਸੇ ਹੋਰ ਦੀ ਫਿਰ ਉਹ ਪਾ ਕੇ ਇਹਦੇ ਚਲਾ ਕੇ ਗੇਰਾਂ ਕੰਮ ਵਧੀਆ ਚੱਲ ਗਿਆ ਸੀ ਹੁਣ ਰੱਬ ਵੀ ਮਾੜਾ ਜਿਹਾ ਸਾਫ਼ ਹੋਇਆ ਸੀਗਾ ਪਰ ਹੁਣ ਥਾਂ ਥੋੜ੍ਹਾ ਜਿਹਾ ਰਹਿ ਗਿਆ ਸੀਗਾ ਚੱਲ ਗਏ ਫਿਰ ਇੱਧਰ ਪਾਲਾ ਪੈਂਦਾ ਹਵਾ ਬਹੁਤ ਤੇਜ਼ ਆ ਅੱਜ ਲੋ ਵੀ ਦੁਬਾਰੇ ਭਰਨ ਆ ਗਏ ਡਰੰਮ ਸ਼ਾਫਟ ਕਰਾ ਲਿਆਂ ਦੀ ਤਿਆਰ ਵੈਲਡ ਕਰਾ ਲਈ ਇਹ ਉੱਥੇ ਗਏ ਸੀਗੇ ਦੂਸਰੇ ਪਿੰਡ 'ਤੇ ਇਹਨੂੰ ਇੱਥੋਂ ਪਾ ਕੇ ਕ੍ਰੋਸ 'ਤੇ ਵੈਲਡ ਕਰਤਾ ਨੇ ਮਿਸਤਰੀ ਨੇ ਹੁਣ ਡਰੰਮ ਭਰਨ ਆਏ ਹਾਂ ਅਤੇ ਜਾ ਕੇ ਪਾਉਂਦੇ ਹਾਂ ਡਰੰਮ ਬੱਦਲ ਉੱਤੋਂ ਬਣੇ ਆਏ ਪੂਰੇ ਅਤੇ ਜਾ ਕੇ ਜੋੜਦੇ ਹਾਂ ਫਿਰ ਬੱਦਲ ਉੱਤੇ ਪੂਰੇ ਬਣੇ ਫਿਰਦੇ ਆ ਇੱਧਰ ਬੱਸ ਸਟੈਂਡ ਵਾਲੀ ਸਾਈਡ ਤਾਂ ਮੇਲਾ ਪਈ ਜਾਂਦਾ ਮੀਂਹ ਆਹ ਆਪਣੇ ਪਿੰਡ ਦਾ ਟੱਪੜ ਹੈ ਅਤੇ ਉਹ ਪਿੱਪਲ ਵੇ ਕਿੱਡੇ ਕਿੱਡੇ ਸਾਰੇ ਲੱਗੇ ਖੜ੍ਹੇ ਜ਼ੋਰੋ ਜ਼ੋਰ ਨਰਮੇ 'ਤੇ ਸਪਰੇਅ ਕਰਨ ਬਿਮਾਰੀ ਥੋੜ੍ਹੀ ਜ਼ਿਆਦਾ ਨਰਮੇ ਦੇ ਵਿੱਚ ਮੱਛਰ ਤੇਲਾ ਕਾਲੇ ਹੋਈ ਜਾਂਦੇ ਨਰਮੇ ਆਹ ਪਹਿਲਾਂ ਵਾਲੇ ਡਰੰਮ 'ਤੇ ਤਾਂ ਧੁੱਪ ਜੀ ਲੱਗ ਗਈ ਵਧੀਆ ਉਹਦਾ ਅਸਰ ਵਧੀਆ ਕਰ ਗਿਆ ਹੋਣਾ ਅਤੇ ਹੁਣ ਵਾਲੇ ਡਰੰਮ 'ਤੇ ਵੀ 2-3 ਘੰਟੇ ਧੁੱਪ ਲੱਗ ਜੇ ਤਾਂ ਚਲੋ ਫਿਰ ਤਾਂ ਵਧੀਆ ਜੇ ਉੱਤੋਂ ਉਹਦੇ ਨਾਲ ਦੀ ਨਾਲ ਮੀਂਹ ਪੈ ਜੇ ਫਿਰ ਔਖਾ ਹੋ ਜਾਂਦਾ ਥੋੜ੍ਹਾ ਜਿਹਾ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਧੰਨਵਾਦ ਸਾਰੇ ਵੀਰਾਂ ਦਾ